ਬੈਂਕ ਚ ਰਹੇ, ਉਹਨਾਂ ਨੂੰ ਪਤਾ ਕਿ ਅਸਲੀ ਪੈਸਾ ਤਾਂ ਡਰੱਗ ਚੋਂ ਹੈ ਅਤੇ ਸਾਰੇ ਇਹਨਾਂ ਦੇ ਮੰਤਰੀਆਂ ਅਤੇ ਆਹ ਜਿਹੜੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ, ਹਲਕਾ ਇੰਚਾਰਜਾਂ ਨੂੰ ਮਹੀਨੇ ਦਾ ਮਹੀਨਾ ਦਿੰਦੇ ਆ ਗੈਂਗਸਟਰ ਕਿ ਸਾਨੂੰ ਪੂਰੀ ਪੁਲਿਸ ਪ੍ਰੋਟੈਕਸ਼ਨ ਮਿਲੇ, ਅਤੇ ਉਹ ਗੈਂਗਸਟਰ ਹੁਣ ਨਸ਼ਾ ਵੇਚਦੇ ਆ, ਮਰਡਰਸ ਕਰਦੇ ਆ, ਜੋ ਕੰਮ ਕਰਾਉਂਦੇ ਇਹਨਾਂ ਤੋਂ ਕਰਾਉਂਦੇ ਆ, ਤਾਂ ਹੀ ਉਹ ਗੈਂਗਸਟਰ ਦੀ ਹਿੰਮਤ ਹੈ ਧਮਕੀ ਦੇਣ ਦੀ। ਇੱਕ ਕੌਣ ਲੀਡਰ ਹੈ ਇਹਦੇ ਵਿੱਚ? ਰਜੀਤਿਆ ਸਾਹਿਬ ਆਪ ਦਰਖਾਸਤ ਲੈ ਕੇ ਆਏ, ਐਪਲੀਕੇਸ਼ਨ ਦੇ ਕੇ ਆਏ, ਰਜੀਤ ਸਾਹਿਬ ਕਹਿੰਦੇ ਆਲ ਵੈਲ। ਐਮਐਲਏ ਦੀ ਜਿਹੜੀ ਸ਼ਿਕਾਇਤ ਦਿੰਦੇ ਆ ਉਹ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ, ਕਿਉਂਕਿ ਸਾਰੇ ਐਮਐਲਏ ਨੇ ਆਪਣੀ ਕੁਰਸੀ ਸੰਭਾਲਣੀ ਹੈ। ਡੀਜੀਪੀ ਨੇ ਕਿਹਾ ਮੈਂ ਤਾਂ ਡੀਜੀਪੀ ਬਣਨਾ ਹੈ, ਅਤੇ ਡੀਜੀਪੀ ਬਣ ਗਿਆ। ਉਹਨਾਂ ਨੂੰ ਪਤਾ ਹੈ ਕਿ ਜੇ ਮੰਤਰੀ ਜੋ ਪੰਜਾਬ ਸਰਕਾਰ ਦੇ ਮੰਤਰੀ ਗੈਂਗਸਟਰਾਂ ਦਾ ਬਾਪ ਬਣ ਜੇ, ਜੇਲ੍ਹ ਮਨਿਸਟਰ ਬਣ ਜੇ, ਸਾਰੇ ਬਣ ਜਾਣ, ਤਾਂ ਫਿਰ ਡੀਜੀਪੀ ਕੀ ਕਰੂਗਾ? ਡੀਜੀਪੀ ਨੇ ਤਾਂ ਆਪਣੀ ਕੁਰਸੀ ਸੰਭਾਲੀ ਹੈ। ਐਸਐਸਪੀ ਕੀ ਕਰ ਰਹੇ ਹੈ? ਐਸਐਸਪੀ ਦਾ ਮਤਲਬ ਹੈ ਜ਼ਿਲ੍ਹੇ 'ਚ ਲਾਅ ਐਂਡ ਆਰਡਰ ਕਰੀਏਟ ਕਰਨਾ। ਐਗਜ਼ਾਮਪਲ ਦੇ ਰਹੇ ਕਿ ਇੱਕ ਏਐਸਆਈ ਦੇ ਬੇਟੇ ਨੇ ਸਾਰੀ ਇਨਫੋਰਮੇਸ਼ਨ ਦਿੱਤੀ, ਏਐਸਆਈ ਨੂੰ ਅੱਜ ਤੱਕ ਨਹੀਂ ਬੁਲਾਇਆ, ਅਤੇ ਸ਼ੋਅ ਕਰਦਾ ਪੁਲਿਸ ਨੇ ਐਕਸ਼ਨ ਕੀ ਹੈ? ਕਿਉਂਕਿ ਇੱਥੋਂ ਦੇ ਲੋਕਲ ਲੀਡਰਸ਼ਿਪ ਕਾਂਗਰਸ ਨੇ ਕਿਹਾ ਕੱਖ ਨਹੀਂ ਲਾਉਣਾ, ਹਾਲ ਸਾਡਾ ਕੰਮ ਕੀਤਾ ਅਤੇ ਇਸ ਕਰਕੇ ਕੁਛ ਨਹੀਂ ਹੋਣਾ। ਕਿੰਨੀ ਦੇਰ ਬਚਾ ਲੈਣਗੇ? ਸਾਲ ਬਚਾ ਲੈਣਗੇ? ਦੋ ਸਾਲ ਬਚਾ ਲੈਣਗੇ? ਫਿਰ ਕਿੱਧਰ ਜਾਣਗੇ? ਜਿਵੇਂ ਧਾਰਮਿਕ ਸ਼ਖਸੀਅਤਾਂ ਨੂੰ ਜਿਹੜੇ ਨੇਕ ਇਨਸਾਨਾਂ ਦਾ ਮਰਡਰ ਹੋ ਰਿਹਾ, ਪਰਮਾਤਮਾ ਨੇ ਸਜ਼ਾ ਦੇਣੀ ਹੈ ਨਾ।